ਜਿੱਦਾਂ ਕਿ ਅੱਬ ਸਾਰੇ ਜਾਣਦੇ ਆਂਗੇ ਕਲ ਅਮਰਤਪਾਲ ਸਿੰਘ ਦੀ ਪਤਨੀ ਅਮਰਤਪਾਲ ਨੂੰ ਦੀ ਬਰੂਗੜ ਜੇਲ੍ਹ ਆ ਸਾਮ ਵਿਕੇ ਮਿਲਣ ਦੇ ਲਈ ਪਹੁੰਚੀ ਸੀ ਤੇ ਉਹਨਾਂ ਦੇ ਨਾਲ ਦਿਲਜੀਤ ਕਲਚੀ ਦੀ ਪਤਨੀ ਨਿਹਰੂ ਕਲਚੀ ਅਤੇ ਉਹਨਾਂ ਦਾ ਬੇਟਾ ਸਿਮਰਜੀਤ ਸਿੰਘ ਵੀ ਸ਼ਾਮਿਲ ਸੀ ਤੇ ਉਹਨਾਂ ਦੇ ਵੱਲੋਂ ਵੀ ਦਿਲਜੀਤ ਕਲਚੀ ਅਤੇ ਅਮਰਤਪਾਲ ਸਿੰਘ ਦੇ ਨਾਲ ਮੁਲਾਕਾਤ ਕਰੀ ਗਈ ਹੈ ਦੇ ਨਾਲ ਹੀ ਤੁਹਾਨੂੰ ਦੱਸ ਦੀ ਕਿ ਬੀਤੇ ਕੁਝ ਦਿਨ ਪਹਿਲਾਂ ਅਮਰਤਪਾਲ ਦੀ ਪਤਨੀ ਨੂੰ ਯੂਕੇ ਜਾਣ ਤੋਂ ਰੋਕਿਆ ਗਿਆ ਸੀ ਤੇ ਉਸ ਮੁੱਦੇ ਦੀ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਹੁਣ ਅਮਰਤਪਾਲ ਦੀ ਪਤਨੀ ਯੂਕੇ ਜਾ ਸਕਦੇ ਨੇ ਉਹਨਾਂ ਨੂੰ ਰੋਕਿਆ ਨਹੀਂ ਜਾਏਗਾ ਤੇ ਅਮਰਤਪਾਲ ਸਿੰਘ ਹੋਰਾਂ ਦੀ ਨੂੰ ਪਹਿਲਾਂ ਇਸ ਲਈ ਯੂਕੇ ਜਾਣ ਤੋਂ ਰੋਕਿਆ ਗਿਆ ਸੀ ਕਿਉਂਕਿ ਉਸ ਟਾਈਮ ਅਮਰਤਪਾਲ ਪੁਲਿਸ ਦੇ ਹੱਥ ਨਹੀਂ ਸੀ ਲੱਗੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਸ਼ੱਕ ਸੀ ਕਿ ਅਮਰਤਪਾਲ ਦੇ ਬਾਰੇ ਉਹਨਾਂ ਦੀ ਪਤਨੀ ਨੂੰ ਜ਼ਰੂਰ ਜਾਣਕਾਰੀ ਹੋਵੇਗੀ ਪਰ ਹੁਣ ਅਮਰਤਪਾਲ ਪੁਲਿਸ ਦੇ ਹੱਥ ਲੱਗ ਚੁੱਕੇ ਆ ਤੇ ਹੁਣ ਜੇ ਉਹਨਾਂ ਦੀ ਪਤਨੀ ਯੂਕੇ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਨੇ ਤਾਂ ਉਹ ਜਾ ਸਕਦੇ ਨੇ